ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦਾ ਸਦਰਨ ਕੈਲੀਫੋਰਨੀਆ ਚ ਡੋਨਲਡ ਟਰੰਪ ਦੀ ਰੈਲੀ ਸਥਾਨ ਨੇੜੇ ਇੱਕ ਜਾਂਚ ਚੌਕੀ ਤੇ ਨਵੈਦਾ ਵਾਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਾਹਨ ਤੋਂ ਹਥਿਆਰ ਅਤੇ ਗੋਲਾ ਬਾਰੂਦ ਕਈ ਫਰਜ਼ੀ ਪਾਸਪੋਰਟ ਬਰਾਮਦ ਕੀਤੇ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੂੰ ਉਸੇ ਦਿਨ 5000 ਅਮਰੀਕੀ ਡਾਲਰ ਦੀ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਰਿਵਰਸਾਈਡ ਕਾਉਂਟੀ ਦੇ ਅਧਿਕਾਰੀ ਚਾਰਡ ਬਿਆਨਕੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 49 ਸਾਲਾ ਲਾਸ ਵੇਗਸ ਵਾਸੀ ਇੱਕ ਗੈਰ ਰਜਿਸਟਰਡ ਐਸਯੂਵੀ ਚਲਾ ਰਿਹਾ ਸੀ ਜਿਸ ਤੇ ਅਵੈਧ ਲਾਇਸੈਂਸ ਪਲੇਟ ਲੱਗੀ ਸੀ ਅਤੇ ਵਿਅਕਤੀ ਪੱਤਰਕਾਰ ਹੋਣ ਦਾ ਦਾਅਵਾ ਕਰ ਰਿਹਾ ਸੀਗਾ ਪਰ ਉਸ ਕੋਲ ਕੋਈ ਅਧਿਕਾਰਤ ਪ੍ਰਮਾਣ ਪੱਤਰ ਨਹੀਂ ਸੀ ਆਨਲਾਈਨ ਰਿਕਾਰਡ ਅਨੁਸਾਰ ਵਿਅਕਤੀ ਨੂੰ 2 ਜਨਵਰੀ 2025 ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਇਸ ਸਬੰਧ ਦਰਮਿਆਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਾਲਡ 트੍ਰੰਪ ਦੀ ਯੋਜਨਾ ਹੈ ਕਿ ਜੇ ਉਹ ਇਸ ਸਾਲ ਨਵੰਬਰ 'ਚ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਨੇ ਤਾਂ ਯੂਰਪ ਅਤੇ ਪੱਛਮੀ ਏਸ਼ੀਆ 'ਚ جاری ਯੁੱਧ ਦੇ ਬਾਵਜੂਦ ਅਮਰੀਕੀ ਫੌਜਾਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦੇਸ਼ ਦੀਆਂ ਸਰਹੱਦਾਂ ਤੇ ਤਾਇਨਾਤ ਕੀਤਾ ਜਾਵੇਗਾ ਟਰੰਪ ਨੇ ਵਿਦੇਸ਼ਾਂ ਤੋਂ ਹਜ਼ਾਰਾਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਅਤੇ ਉਹਨਾਂ ਨੂੰ ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ 'ਤੇ ਤਾਇਨਾਤ ਕਰਨ ਦਾ ਅਹਿਦ ਲਿਆਏ। ਸਾਬਕਾ ਰਾਸ਼ਟਰਪਤੀ ਨੇ ਉਹਨਾਂ ਫੌਜੀ ਅਧਿਕਾਰੀਆਂ ਨੂੰ ਹਟਾਉਣ ਦੀ ਵੀ ਗੱਲ ਕੀਤੀ ਹੈ ਜੋ ਵਿਚਾਰਕ ਤੌਰ 'ਤੇ ਉਹਨਾਂ ਦੇ ਵਿਰੋਧੀ ਨੇ। ਟਰੰਪ ਦਾ ਨਜ਼ਰੀਆ ਅਮਰੀਕੀ ਸਮਾਜ 'ਚ ਫੌਜ ਦੀ ਭੂਮਿਕਾ 'ਚ ਸ਼ਾਇਦ ਨਾਟਕੀ ਬਦਲਾਅ ਦੀ ਗੱਲ ਕਰਦਾ ਹੈ। ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਖਿਲਾਫ ਟਰੰਪ ਦਾ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ਤੇ ਹੈ ਅਜਿਹੇ ਚ ਉਹ ਉਹਨਾਂ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਦਾ ਵਾਅਦਾ ਕਰ ਰਹੇ ਨੇ ਜਿਨ੍ਹਾਂ ਕੋਲ ਸਥਾਈ ਕਾਨੂੰਨੀ ਦਰਜਾ ਨਹੀਂ ਹੈ ਟਰੰਪ ਅਤੇ ਉਹਨਾਂ ਦੇ ਸਲਾਹਕਾਰ ਫੌਜਦਿਆਂ ਪਹਿਲਾਂ ਅਤੇ ਵਸੀਲਿਆਂ ਨੂੰ ਅਜਿਹੇ ਸਮੇਂ ਬਦਲਣ ਦੀ ਯੋਜਨਾ ਬਣਾ ਰਹੇ ਨੇ ਜਦੋਂ ਯੂਰਪ ਤੇ ਪੱਛਮੀ ਏਸ਼ੀਆ 'ਚ ਜੰਗ ਲੱਗੀ ਹੈ ਟਰੰਪ ਦੇ ਮੈਨੀਫੈਸਟੋ 'ਚ ਸਭ ਤੋਂ ਵੱਧ ਪਹਿਲ ਇਸ ਸਮੇਂ ਵਿਦੇਸ਼ਾਂ 'ਚ ਤੈਨਾਤ ਹਜ਼ਾਰਾਂ ਫੌਜੀਆਂ ਨੂੰ ਅਮਰੀਕਾ ਮੈਕਸੀਕੋ ਸਰਹੱਦ ਤੇ ਤਾਇਨਾਤ ਕਰਨਾ ਹੈ 트럼ਪ ਨੇ ਕਿਹਾ ਕਿ ਉਹ ਲੱਖਾਂ ਪ੍ਰਵਾਸੀਆਂ ਨੂੰ ਕੱਢਣ ਲਈ ਨੈਸ਼ਨਲ ਗਾਰਡ ਅਤੇ ਸ਼ਾਇਦ ਫੌਜ ਦੀ ਵਰਤੋਂ ਕਰਨਗੇ ਹਰ ਸਾਲ ਲੱਖਾਂ ਭਾਰਤੀ ਨੌਕਰੀ ਜਾਂ ਪੜ੍ਹਾਈ ਲਈ ਅਮਰੀਕਾ ਜਾਂਦੇ ਨੇ ਉਹਨਾਂ ਨੂੰ ਹਰ ਵਾਰ ਵੀਜ਼ਾ ਨਿਯਮਾਂ 'ਚ ਬਦਲਾਅ ਨਾਲ ਵੀ ਨਜਿੱਠਣਾ ਪੈਂਦਾ ਹੈ ਹਾਲਾਂਕਿ ਜੇਕਰ ਕੋਈ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਹਰ ਮਹੀਨੇ ਜਾਰੀ ਕੀਤੇ ਗਏ ਵੀਜ਼ਾ ਬੁਲੇਟਿਨ ਨੂੰ ਪੜ੍ਹਦਾ ਹੈ ਤਾਂ ਉਹਨਾਂ ਦਾ ਕੰਮ ਆਸਾਨ ਹੋ ਜਾਂਦਾ ਹੈ ਇਸ ਵਿੱਚ ਵੀਜ਼ਾ ਸੰਬੰਧੀ ਨਵੇਂ ਨਿਯਮਾਂ ਤੋਂ ਲੈ ਕੇ ਬਦਲੀਆਂ ਸ਼ਰਤਾਂ ਤੱਕ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ। ਵਿਦੇਸ਼ ਮੰਤਰਾਲੇ ਦੇ ਕਾਉਂਸਲਰ ਮਾਮਲਿਆਂ ਦੇ ਬਿਊਰੋ ਨੇ ਨਵੰਬਰ 2024 ਲਈ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ। ਵੀਜ਼ਾ ਬੁਲੇਟਿਨ ਅਨੁਸਾਰ ਗ੍ਰੀਨ ਕਾਰਡ ਬੇਨੇਕਾਰਾਂ ਲਈ ਮਹੱਤਵਪੂਰਨ ਬਦਲਾਅ ਹੋਏ ਨੇ, ਖਾਸ ਤੌਰ ਤੇ ਭਾਰਤੀ ਨਾਗਰਿਕਾਂ ਲਈ ਫੈਮਿਲੀ ਸਪੌਂਸਰਡ ਵੀਜ਼ਾ ਸ਼੍ਰੇਣੀ 'ਚ। ਪਿਛਲੇ ਮਹੀਨੇ ਦੇ ਮੁਕਾਬਲੇ ਰੋਜ਼ਗਾਰ ਆਧਾਰਿਤ ਵੀਜ਼ਾ ਸ਼੍ਰੇਣੀਆਂ 'ਚ ਕੋਈ ਬਦਲਾਅ ਨਹੀਂ ਹੋਇਆ। ਭਾਰਤੀ ਵਿਨੇਕਾਰਾਂ ਨਾਲ ਸੰਬੰਧਿਤ F4 ਵੀਜ਼ਾ ਸ਼੍ਰੇਣੀ 'ਚ ਵੀ ਮਹੱਤਵਪੂਰਨ ਬਦਲਾਅ ਦੇਖੇ ਗਏ ਨੇ ਵੀਜ਼ਾ ਨਿਯਮਾਂ 'ਚ ਕਿਸ ਤਰ੍ਹਾਂ ਦੇ ਬਦਲਾਅ ਹੋਏ ਨੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਦਾ ਭਾਰਤੀਆਂ ਤੇ ਕੀ ਅਸਰ ਪੈਗਾ ਇਹਦੇ ਉੱਤੇ ਵੀ ਝਾਤ ਪਾਉਨੇ ਆ ਅਮਰੀਕੀ ਵਿਦੇਸ਼ ਵਿਭਾਗ ਨੇ F4 ਵੀਜ਼ਾ ਸ਼੍ਰੇਣੀ ਲਈ ਭਾਰਤ ਦੀ ਫਾਈਨਲ ਕੱਟਆਫ ਡੇਟ ਨੂੰ ਇੱਕ ਹਫ਼ਤੇ ਵਧਾ ਕੇ 8 ਮਾਰਚ 2006 ਕਰ ਦਿੱਤਾ ਹੈ F4 ਵੀਜ਼ਾ ਅਮਰੀਕੀ ਨਾਗਰਿਕਾਂ ਨੂੰ ਆਪਣੇ ਭੈਣ ਭਰਾ ਨੂੰ ਸਪੌਂਸਰ ਕਰਨ ਦੀ ਇਜਾਜ਼ਤ ਦਿੰਦਾ ਹੈ ਇਸੇ ਤਰ੍ਹਾਂ ਡੇਟਸ ਫੋਰ ਫਾਈਲਿੰਗ ਸੈਕਸ਼ਨ ਚ ਭਾਰਤ ਲਈ F4 ਸ਼੍ਰੇਣੀ 1.5 ਮਹੀਨਾ ਬਾਅਦ ਕੇ 1 ਅਗਸਤ 2006 ਤੱਕ ਪਹੁੰਚ ਗਈ ਹੈ F4 ਵੀਜ਼ਾ ਰਾਹੀਂ ਅਮਰੀਕੀ ਨਾਗਰਿਕ ਭੈਣ ਭਰਾ ਤੋਂ ਇਲਾਵਾ ਆਪਣੇ ਜੀਵਨ ਸਾਥੀ ਤੇ ਨਾਬਾਲਗ ਬੱਚਿਆਂ ਨੂੰ ਵੀ ਸਪான்ਸਰ ਕਰ ਸਕਦੇ ਨੇ ਨਵੰਬਰ 2024 ਵੀਜ਼ਾ ਬੁਲੇਟਿਨ ਚ ਮੈਕਸੀਕੋ ਫਿਲੀਪੀਨਸ ਅਤੇ ਭਾਰਤ ਸਮੇਤ ਕਈ ਦੇਸ਼ਾਂ ਲਈ ਫੈਮਿਲੀ ਸਪான்ਸਰਡ ਵੀਜ਼ਾ ਸ਼੍ਰੇਣੀ ਚ ਬਦਲਾਅ ਹੋਏ ਨੇ ਭਾਰਤੀਆਂ ਲਈ ਤਬਦੀਲੀਆਂ ਚ ਤਰੀਖਾਂ ਦਾ ਵਾਅਦਾ ਸ਼ਾਮਲ ਹੈ F4 ਸ਼੍ਰੇਣੀ 'ਚ ਅੰਤਿਮ ਕਾਰਵਾਈ ਦੀ ਮਿਤੀ 1 ਹਫ਼ਤਾ ਵਧਾ ਕੇ 8 ਮਾਰਚ 2006 ਕਰ ਦਿੱਤੀ ਗਈ ਹੈ ਜਦਕਿ ਫਾਈਲ ਕਰਨ ਦੀ ਮਿਤੀ 1.5 ਮਹੀਨੇ ਵਧਾ ਕੇ 1 ਅਗਸਤ 2006 ਕਰ ਦਿੱਤੀ ਗਈ ਹੈ। ਰੋਜ਼ਗਾਰ ਆਧਾਰਿਤ ਸ਼੍ਰੇਣੀਆਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਨਵੰਬਰ ਲਈ ਕਿਸੇ ਨਵੇਂ ਨਿਯਮ ਦਾ ਐਲਾਨ ਨਹੀਂ ਕੀਤਾ ਗਿਆ। US ਵੀਜ਼ਾ ਬੁਲੇਟਿਨ ਇੱਕ ਮਹੀਨਾਵਾਰ ਰਿਪੋਰਟ ਹੈ ਜੋ ਵਕ-ਵਕ ਗ੍ਰੀਨ ਕਾਰਡ ਸ਼੍ਰੇਣੀਆਂ ਲਈ ਵੀਜ਼ਾ ਉਪਲਬਧਤਾ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਏਵੀ ਦੱਸਦਾ ਹੈ ਕਿ ਕਿਸ ਦੇਸ਼ ਤੋਂ ਕਿੰਨੀਆਂ ਅਰਜ਼ੀਆਂ ਪੈਂਡਿੰਗ ਨੇ ਅਤੇ ਇਸ ਆਧਾਰ ਤੇ ਨਵੀਆਂ ਅਰਜ਼ੀਆਂ ਤੇ ਕਦੋਂ ਕੰਮ ਕੀਤਾ ਜਾਵੇਗਾ ਹਰ ਮਹੀਨੇ ਯੂਐਸ ਸਟੇਟ ਡਿਪਾਰਟਮੈਂਟ ਵੀਜ਼ਾ ਉਪਲਬਧਤਾ ਦੇ ਆਧਾਰ ਤੇ ਮੁਲਾਂਕਣ ਕਰਦਾ ਏ ਜਿਨ੍ਹਾਂ ਦੀਆਂ ਅਰਜ਼ੀਆਂ ਵੱਖ-ਵੱਖ ਸ਼੍ਰੇਣੀਆਂ ਚ ਲੰਬਿਤ ਅਰਜ਼ੀਆਂ ਦੇ ਆਧਾਰ ਤੇ ਕਾਰਵਾਈ ਕੀਤੀਆਂ ਜਾਂਦੀਆਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ 23 ਦਿਨ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣਾ ਮੈਡੀਕਲ ਰਿਕਾਰਡ ਜਾਰੀ ਕੀਤਾ ਏ ਇਸ 'ਚ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਕਰਾਰ ਦਿੱਤਾ ਗਿਆ ਹੈ ਆਪਣਾ ਫਿਟਨੈਸ ਰਿਕਾਰਡ ਜਾਰੀ ਕਰਕੇ ਕਮਲਾ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਤੋਂ ਵੀ ਆਪਣੇ ਸਿਹਤ ਰਿਕਾਰਡ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਡੋਨਲਡ ਟਰੰਪ ਨਹੀਂ ਚਾਹੁੰਦੇ ਕਿ ਅਮਰੀਕੀ ਲੋਕਾਂ ਨੂੰ ਪਤਾ ਲੱਗੇ ਕਿ ਉਹ ਰਾਸ਼ਟਰਪਤੀ ਬਣ ਦੇ ਯੋਗ ਹਨ ਜਾਂ ਨਹੀਂ ਇਸ ਤੇ ਟਰੰਪ ਦੀ ਟੀਮ ਨੇ ਉਹਨਾਂ ਦਾ ਮੈਡੀਕਲ ਰਿਕਾਰਡ ਜਾਰੀ ਕੀਤੇ ਬਿਨਾਂ ਹੀ ਬਿਆਨ ਜਾਰੀ ਕੀਤਾ ਤੇ ਕਿਹਾ ਟਰੰਪ ਦੀ ਸਿਹਤ ਬਿਲਕੁਲ ਠੀਕ ਹੈ ਕਮਲਾ ਕੋਲ ਰਾਸ਼ਟਰਪਤੀ ਬਣਨ ਦੀ ਤਾਕਤ ਨਹੀਂ ਹੈ ਕਮਲਾ ਦੇ ਪਰਿਵਾਰ 'ਚ ਕੋਲਨ ਕੈਂਸਰ ਦੇ ਇਤਿਹਾਸ ਨੂੰ ਇੱਕ ਪਾਸੇ ਰੱਖਦਿਆਂ ਵਾਈਟ ਹਾਊਸ ਨੇ ਉਪ ਰਾਸ਼ਟਰਪਤੀ ਕਮਲਾ ਹੈਰਸ ਨੂੰ ਰਾਸ਼ਟਰਪਤੀ ਬਣਨ ਲਈ ਫਿੱਟ ਕਰਾਰ ਦਿੱਤਾ ਉਸਦੇ ਡਾਕਟਰ ਜੋਸ਼ੂਆ ਸਿਮੰਸ ਨੇ ਦੱਸਿਆ ਹੈ ਕਿ ਕਮਲਾ ਹੈਰਸ ਦੇ ਪਰਿਵਾਰ 'ਚ ਕੋਲਨ ਕੈਂਸਰ ਦਾ ਇਤਿਹਾਸ ਹੈ ਉਸ ਨੂੰ ਕੁਝ ਚੀਜ਼ਾਂ ਤੋਂ ਅਲਰਜੀ ਵੀ ਹੈ ਇਸ ਕਾਰਨ ਉਹ ਨਿਯਮਿਤ ਤੌਰ ਤੇ ਕੋਲੋਨੋਸਕੋਪੀ ਕਰਵਾਉਂਦੀ ਰਹਿੰਦੀ ਹੈ ਤੇ ਆਪਣਾ ਧਿਆਨ ਰੱਖਦੀ ਹੈ ਕਮਲਾ ਦਾ ਮੈਡੀਕਲ ਰਿਕਾਰਡ ਜਾਰੀ ਹੁੰਦੇ ਹੀ ਉਸ ਦੀ ਟੀਮ ਨੇ ਐਕਸ ਤੇ ਲਿਖਿਆ ਸੀ ਹੁਣ ਤੁਹਾਡੀ ਵਾਰੀ ਡੋਨਲਡ ਟਰੰਪ ਇਸ ਤੋਂ ਪਹਿਲਾਂ ਕਮਲਾ ਨੇ ਇੱਕ ਰੈਲੀ 'ਚ ਟਰੰਪ ਦੀ ਮਾਨਸਿਕ ਸਿਹਤ ਤੇ ਵੀ ਸਵਾਲ ਚੁੱਕੇ ਸਨ ਕਮਲਾ ਨੇ ਕਿਹਾ ਸੀ ਉਹ ਕਦੇ-ਕਦੇ ਗੁੰਮ ਹੋ ਜਾਂਦੇ ਨੇ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਟਰੰਪ ਦੇ ਖਿਲਾਫ ਆਪਣੀ ਰਣਨੀਤਿਕ ਚਾਲ ਦਾ ਇਸਤੇਮਾਲ ਕਰ ਰਹੇ ਨੇ ਦਰਅਸਲ ਜਦੋਂ ਜੋ ਬਾਈਡਨ ਡੈਮੋਕ੍ਰੈਟਿਕ ਪਾਰਟੀ ਤੋਂ ਅਮਰੀਕੀ ਰਾਸ਼ਟਰਪਤੀ ਚੋਣ ਦੇ ਉਮੀਦਵਾਰ ਸਨ ਤਾਂ ਟਰੰਪ ਨੇ ਉਮਰ ਅਤੇ ਫਿਟਨੈਸ ਨੂੰ ਲੈ ਕੇ ਉਹਨਾਂ ਤੇ ਕਈ ਸਵਾਲ ਚੁੱਕੇ ਸਨ ਟਰੰਪ ਨੇ ਬਾਈਡਨ ਨੂੰ ਰਾਸ਼ਟਰਪਤੀ ਅਹੁਦੇ ਲਈ ਗਲਤ ਕਰਾਰ ਦਿੱਤਾ ਸੀ ਹੁਣ ਕਮਲਾ ਹੈਰਿਸ ਉਸੇ ਰਣਨੀਤੀ ਤਹਿਤ ਟਰੰਪ ਨੂੰ ਮਿਸਫਿਟ ਐਲਾਨਣਾ ਚਾਹੁੰਦੀ ਹੈ ਟਰੰਪ 78 ਸਾਲ ਦੇ ਨੇ ਬਾਈਡਨ ਤੋਂ ਸਿਰਫ 3 ਸਾਲ ਛੋਟੇ ਨੇ ਜੇਕਰ ਉਹ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਨੇ ਤਾਂ ਉਹ ਅਮਰੀਕੀ ਇਤਿਹਾਸ ਚ ਰਾਸ਼ਟਰਪਤੀ ਬਣਨ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਹੋਣਗੇ ਜਦੋਂ ਬਾਈਡਨ 2020 ਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਤਾਂ ਉਹ 77 ਸਾਲਾਂ ਦੇ ਸੀ ਅਮਰੀਕਾ ਨੇ 1 ਅਕਤੂਬਰ ਨੂੰ ਇਜ਼ਰਾਈਲ ਤੇ ਈਰਾਨ ਦੇ ਮਿਜ਼ਾਈਲ ਹਮਲੇ ਦੇ ਵਿਰੋਧ ਚ ਇੱਕ ਦਰਜਨ ਕੰਪਨੀਆਂ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ ਇਹ ਉਹ ਕੰਪਨੀਆਂ ਨੇ ਜੋ ਈਰਾਨ ਨਾਲ ਤੇਲ ਦਾ ਕਾਰੋਬਾਰ ਕਰਦੀਆਂ ਨੇ ਇੱਕ ਭਾਰਤੀ ਕੰਪਨੀ ਵੀ ਅਮਰੀਕੀ ਪਾਬੰਦੀਆਂ ਦੇ ਦਾਇਰੇ ਚ ਆ ਗਈ ਹੈ ਭਾਰਤੀ ਕੰਪਨੀ ਗੈਬਾਰੋ ਸ਼ਿਪ ਸਰਵਿਸਿਜ਼ ਆਪਣੇ ਟੈਂਕਰ ਹਾਰਨੇਟ ਰਾਹੀਂ ਏਸ਼ੀਆਈ ਦੇਸ਼ਾਂ ਨੂੰ ਈਰਾਨ ਤੇਲ ਦੀ ਸਪਲਾਈ ਕਰਦੀ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਟੈਂਕਰ ਈਰਾਨ ਤੋਂ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਅਖੌਤੀ घोस्ट फ्लीट ਦਾ ਹਿੱਸਾ ਨੇ ਈਰਾਨ ਦੇ ਤੇਲ ਕਾਰੋਬਾਰ ਨਾਲ ਜੁੜੀਆਂ ਦੁਨੀਆ ਭਰ ਦੀਆਂ ਕਰੀਬ 1 ਦਰਜਣ ਕੰਪਨੀਆਂ ਅਮਰੀਕਾ ਦੀਆਂ ਤਾਜ਼ਾ ਪਾਬੰਦੀਆਂ ਦੇ ਘੇਰੇ 'ਚ ਆ ਗਈਆਂ ਨੇ ਇਹ ਕੰਪਨੀਆਂ ਯੂਏਈ, ਮਲੇਸ਼ੀਆ, ਹਾਂਗਕਾਂਗ ਅਤੇ ਸੁਰਿਨਾਮ ਦੀਆਂ ਨੇ ਪਾਬੰਦੀ ਦੇ ਤਹਿਤ ਇਹ ਕੰਪਨੀਆਂ ਅਮਰੀਕੀ ਅਰਥ ਵਿਵਸਥਾ 'ਚ ਕੰਮ ਨਹੀਂ ਕਰ ਸਕਣਗੀਆਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਿਹਾ ਕਿ ਈਰਾਨ ਦਾ ਹਮਲਾ ਇਜ਼ਰਾਈਲ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਤਲ ਅਵੀਵ ਨੂੰ ਨਿਸ਼ਾਨਾ ਬਣਾ ਰਿਹਾ ਸੀ ਇਸ ਕਾਰਨ ਹਜ਼ਾਰਾਂ ਬੇਕਸੂਰ ਲੋਕਾਂ ਦੀ ਜਾਨ ਜਾ ਸਕਦੀ ਹੈ ਇਸ ਲਈ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਾਰਵਾਈਆਂ ਦਾ ਵਿਰੋਧ ਕਰਨਾ ਜ਼ਰੂਰੀ ਹੈ ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਦਾ ਵੀ ਡਰ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਮੱਧ ਪੂਰਬ ਦੇ ਨਾਲ-ਨਾਲ ਭਾਰਤ ਤੇ ਵੀ ਮਾੜਾ ਅਸਰ ਪਵੇਗਾ ਦਰਸਲ ਭਾਰਤ ਤੇ ਈਰਾਨ ਵਿਚਕਾਰ ਵਪਾਰਕ ਸਬੰਧ ਬਹੁਤ ਪੁਰਾਣੇ ਨੇ ਭਾਰਤ ਵੱਡੇ ਪੱਧਰ ਤੇ ਈਰਾਨ ਨੂੰ ਬਾਸਮਤੀ ਚਾਵਲ ਅਤੇ ਚਾਹ ਪੱਤੀ ਦਾ ਨਿਰਮਾਣ ਕਰਦਾ ਹੈ ਭਾਰਤ ਈਰਾਨ ਤੋਂ ਸੂਰਜਮੁਖੀ ਦਾ ਤੇਲ ਬਰਾਮਦ ਕਰਦਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਨੇ ਸਾਲ 2023-2024 ਚ ਈਰਾਨ ਨੂੰ 680 ਮਿਲੀਅਨ ਡਾਲਰ ਦੇ ਬਾਸਮਤੀ ਚੌਲ ਦੀ ਬਰਾਮਦ ਕੀਤੀ ਭਾਰਤ ਇੱਥੇ ਪੈਦਾ ਹੋਣ ਵਾਲੇ ਬਾਸਮਤੀ ਚੌਲਾਂ ਦਾ ਕੁੱਲ 19% ਈਰਾਨ ਨੂੰ ਨਿਰਯਾਤ ਕਰਦਾ ਹੈ ਜੇਕਰ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਛਿੜਦੀ ਹੈ ਤਾਂ ਇਸ ਦਾ ਸਿੱਧਾ ਅਸਰ ਚੌਲਾਂ ਦੀ ਬਰਾਮਦ ਤੇ ਪਵੇਗਾ ਇਸ ਦੇ ਨਾਲ ਹੀ ਸਾਲ 2023-2024 ਚ ਈਰਾਨ ਨੂੰ 32 ਮਿਲੀਅਨ ਡਾਲਰ ਦੀ ਚਾਹ ਬਰਾਮਦ ਕੀਤੀ ਗਈ ਸੀ ਭਾਰਤ ਈਰਾਨ ਤੋਂ ਸੂਰਜਮੁਖੀ ਦਾ ਤੇਲ ਦਰਾਮਦ ਕਰਦਾ ਏ ਜੇਕਰ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਵਧਦਾ ਹੈ ਤਾਂ ਦੇਸ਼ 'ਚ ਸੂਰਜਮੁਖੀ ਦੇ ਤੇਲ ਦਾ ਭਾਅ ਵੱਧ ਸਕਦਾ ਹੈ ਅਮਰੀਕਾ 'ਚ ਤੂਫਾਨਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਸੰਯੁਕਤ ਰਾਜ 'ਚ ਹੈਲਥ케ਅਰ ਪ੍ਰਦਾਤਾ ਡਾਕਟਰੀ ਉਤਪਾਦਾਂ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਤੂਫਾਨ ਹੈਲਨ ਅਤੇ ਮਿਲਟਨ ਨੇ ਚਾਰ ਤਰਲ ਪਦਾਰਥਾਂ ਦੀ ਸਪਲਾਈ ਲੜੀ ਨੂੰ ਬੁਰੀ ਤਰ੍ਹਾਂ ਨਾਲ ਵਿਗਾੜ ਦਿੱਤਾ ਹੈ ਸੰਯੁਕਤ ਰਾਜ ਦੇ ਸਭ ਤੋਂ ਵੱਡੇ ਹਸਪਤਾਲ ਦੇ ਖੋਜ ਉਦਮ ਮਾਸ ਜਨਰਲ ਬ੍ਰਿੰਗਮ ਨੇ ਘੋਸ਼ਣਾ ਕੀਤੀ ਹੈ ਕਿ ਉਹ ਐਤਵਾਰ ਤੋਂ ਘੱਟੋ-ਘੱਟ ਬੁੱਧਵਾਰ ਤੱਕ ਗੈਰ-ਐਮਰਜੈਂਸੀ ਚੋਣਵੀਆਂ ਪ੍ਰਕਿਰਿਆਵਾਂ ਨੂੰ ਮੁਲਤਵੀ ਕਰ ਦੇਵੇਗੀ ਅਤੇ ਇਹ ਅਸਪਸ਼ਟ ਹੈ ਕਿ ਦੇਸ਼ ਵਿਆਪੀ ਘਾਟ ਕਾਰਨ ਚਾਰ ਤਰਲ ਦੀ ਸਪਲਾਈ 'ਚ ਕਦੋਂ ਸੁਧਾਰ ਹੋਵੇਗਾ ਸਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇੱਕ ਹੈਲਥ케ਅਰ ਲੌਜਿਸਟਿਕਸ ਕੰਪਨੀ ਪ੍ਰੀਮੀਅਰ ਇੰਕ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਦੇਸ਼ ਭਰ ਦੇ ਵਿੱਚ 86% ਤੋਂ ਵੱਧ ਸੇਧ ਸੰਭਾਲ ਪ੍ਰਦਾਤਾ ਚਾਰ ਤਰਲ ਪਦਾਰਥਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਨੇ ਹਾਲਾਂਕਿ ਪ੍ਰੀਮੀਅਰ ਸਰਵੇਖਣ ਨੇ ਕਿਹਾ ਹੈ ਕਿ 25 ਜਾਂ ਇਸ ਤੋਂ ਘੱਟ ਬਿਸਤਰੇ ਵਾਲੀਆਂ ਡਾਕਟਰੀਆਂ ਸਹੂਤਾ ਤੇ ਉਹਨਾਂ ਦੇ ਚਾਰ ਆਰਡਰਾਂ ਵਿੱਚੋਂ ਕੋਈ ਵੀ ਭਰੇ ਹੋਣ ਦੀ ਸੰਭਾਵਨਾ ਹੈ ਡਾਇਲਿਸਿਸ ਵਾਲੇ ਮਰੀਜ਼ਾਂ ਬਾਰੇ ਵੀ ਗੰਭੀਰ ਚਿੰਤਾ ਹੈ ਜੋ ਘਰ ਵਿੱਚ ਸਟੇਜ 4 ਇਲਾਜਾਂ ਤੇ ਨਿਰਭਰ ਕਰਦੇ ਨੇ ਅਮਰੀਕਨ ਹਸਪਤਾਲ ਐਸੋਸੀਏਸ਼ਨ ਨੇ ਬਾਈਡਨ ਪ੍ਰਸ਼ਾਸਨ ਨੂੰ ਚਾਰ ਹੱਲ ਨਿਰਮਾਣ ਨੂੰ ਤਰਜੀਹ ਦੇਣ ਅਤੇ ਵਿਦੇਸ਼ੀ ਸਪਲਾਈਰਾਂ ਤੋਂ ਉਤਪਾਦਾਂ ਦੀ ਦਰਾਮਦ ਕਰਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਰੱਖਿਆ ਉਤਪਾਦਨ ਐਕਟ ਦੀ ਮੰਗ ਕਰਨ ਸਮੇਤ ਹੋਰ ਹਮਲਾਵਰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਜਾਰਜੀਆ ਚ 에어ਪੋਰਟ ਤੇ ਮੌਜੂਦ ਪੁਲਿਸ ਕਰਮਚਾਰੀਆਂ ਨਾਲ ਇੱਕ ਔਰਤ ਦੀ ਝੜਪ ਹੋ ਗਈ। ਔਰਤ ਨੇ ਪੁਲਿਸ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਇਸ ਕਾਰਨ ਹਵਾਈ ਅੱਡੇ ਤੇ ਕੁਝ ਸਮੇਂ ਲਈ ਹਫੜਾ ਦਫੜੀ ਮਚ ਗਈ ਹਾਲਾਂਕਿ ਪੁਲਿਸ ਨੇ ਆਖਰਕਾਰ ਔਰਤ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਹਿਰਾਸਤ ਚ ਲੈ ਲਿਆ ਪੁਲਿਸ ਔਰਤ ਤੋਂ ਪੁੱਛਗਿੱਛ ਕਰਨ ਚ ਲੱਗੀ ਹੋਈ ਹੈ ਪਰ ਔਰਤ ਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਔਰਤ ਜਾਰਜੀਆ ਦੇ ਸਵਾਨਾ ਹਿਲਟਨ ਹੈੱਡ ਇੰਟਰਨੈਸ਼ਨਲ 에ਅਰਪੋਰਟ ਤੇ ਸੀ ਤੇ ਉਸ ਨੇ ਡੈਲਟਾ 에ਅਰਲਾਈਨਸ ਦੀ ਉਡਾਣ ਤੇ ਯਾਤਰਾ ਕਰਨੀ ਸੀ ਜਿਵੇਂ ਹੀ ਮਹਿਲਾ ਚੈੱਕ-ਇਨ ਕਾਊਂਟਰ ਤੇ ਪਹੁੰਚੀ ਉਹ ਚੈੱਕ-ਇਨ ਕਾਊਂਟਰ ਦੇ ਪਿੱਛੇ ਛਾਲ ਮਾਰ ਗਈ ਅਤੇ ਉੱਥੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਤਮਕਾਉਣ ਲੱਗੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੇ ਪੀਲੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ ਤੇ ਉਹ ਉੱਚੀ-ਉੱਚੀ ਚੀਕ ਰਹੀ ਹੈ। ਜਦੋਂ ਪੁਲਿਸ ਮੁਲਾਜ਼ਮਾ ਨੇ ਔਰਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਕਿਹਾ ਕਿ ਮੇਰੇ ਨੇੜੇ ਨਾ ਆਓ ਅਤੇ ਵਾਰ-ਵਾਰ ਪੁਲਿਸ ਵਾਲਿਆਂ ਨੂੰ ਦੂਰ ਰਹਿਣ ਲਈ ਕਹਿ ਰਹੀ ਸੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਔਰਤ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਪੁਲਿਸ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਕਿਹਾ ਮੈਂ ਤੈਨੂੰ ਮਾਰ ਦੇਾਂਗੀ ਇਸ ਤੋਂ ਬਾਅਦ ਮਹਿਲਾ ਇਧਰ ਉਧਰ ਭੱਜਣ ਲੱਗੀ ਜਿਸ ਕਾਰਨ 에어ਪੋਰਟ ਤੇ ਹਫੜਾ ਦਫੜੀ ਮਚ ਗਈ ਇਸ ਦੌਰਾਨ ਜਦੋਂ ਮਹਿਲਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਵੀ ਡਿੱਗ ਗਏ ਅਖੀਰ ਪੁਲਿਸ ਨੇ ਔਰਤ ਨੂੰ ਕਾਬੂ ਕਰ ਲਿਆ ਮਹਿਲਾ ਦੀ ਇਸ ਹਰਕਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੀਵੀ ਪੰਜਾਬ